स्टूडेंट्स प्यारे विद्यार्थियों आज अपन एक एक्टिविटी करने जा रहे हैं दैट चेंज डिपेंड्स ऑन द नेचर एंड इंटेंसिटी ऑफ द इंटरेक्शन एक एक्टिविटी करेंगे देवेच आपा यू हैव टू टेक टू टम्बलर्स आपा दो गिलास लेने हैं फिल हाफ विथ वाटर आधे दे पाण ना भर लेने हैं हुन आपा ही करना नाउ ऐड वन टेबल स्पून ऑफ शुगर इन ईच टम्बलर दोनों दे विच करना प है कि एक, एक चम्मच की है खंड दा पणांगा ਅੱਲੇ ਗਲਾਸ ਪਾਤਾ ਆਪਾਂ 9 ਸੈਕਿੰਡ ਵਿੱਚ ਹੁਣ ਦੋਨਾਂ ਵਿੱਚ ਆਪਾਂ ਕੀ ਕਰਤਾ ਖੰਡ ਪਾਈ ਹੈ 스ਪੂਨ ਪਾਇਆ ਗਿਆ ਇੱਕ ਕਾਦਾ ਆਪਾਂ ਪਾਇਆ ਟੇਬਲस्पून 슈ਗਰ ਦਾ ਹੁਣ ਇੱਕ ਨੂੰ ਆਪਾਂ ਐਜ਼ ਇਟ ਇਜ਼ ਰੱਖਾਂਗੇ ਦੂਸਰੇ ਨੂੰ ਆਪਾਂ ਕਰਾਂਗੇ ਚਮਚ ਨਾਲ ਹਲਾਵਾਂਗੇ ਸਟਿਰ ਕਰਾਂਗੇ ਸਟਿਰ ਵਿਦ ਅ ਸਪੂਨ ਵਿਦ ਅ ਹੈਲਪ ਆਫ ਸਪੂਨ ਹੁਣ ਆਪਾਂ ਇਹ ਚੈੱਕ ਕਰਨਾ ਵੀ ਕਿਹੜੇ ਗਲਾਸ ਦੇ ਵਿੱਚ ਕੀ ਹੈ ਕਣ ਜਿਹੜੀ ਹੈਗੀ ਆ 슈ਗਰ ਹੈ ਜਲਦੀ ਡਿਸੋਲਵ ਹੋ ਜਾਏਗੀ ਇਨ ਵਿੱਚ ਟੰਬਲਰ ਦਾ ਸ਼ੂਗਰ ਡਿਜ਼ੋਲ ਰੈਪਿਡਲੀ ਵੀ ਕਿਹੜੇ ਗਲਾਸ ਦੇ ਵਿੱਚ ਇਹ ਸ਼ੂਗਰ ਜਲਦੀ ਘੁਲ ਜਾਏਗੀ ਆਪਾਂ ਚੈੱਕ ਕਰਦੇ ਹਾਂ ਤੁਸੀਂ ਦੇਖ ਹੀ ਰਹੇ ਹੋ ਵੀ ਜਿਸ ਨੂੰ ਆਪਾਂ ਸਟਿਰ ਕਰ ਰਹੇ ਹਾਂ ਉਹਦੇ ਵਿੱਚ ਕੀ ਇਹ ਸ਼ੂਗਰ ਡਿਜ਼ੋਲਵ ਹੋ ਰਹੀ ਹੈ ਇਨ ਵਿੱਚ ਵੀ ਦਾ ਸਟੀਰਿੰਗ ਦੈਟ ਇਨ ਉਹ ਦੈਟ ਟੰਬਲਰ ਜਿਹੜੀ ਸ਼ੂਗਰ ਕੀ ਹੈ ਡਿਜ਼ੋਲਵ ਜਲਦੀ ਹੋ ਰਹੀ ਹੈ ਦੂਸਰੇ ਪਾਸੇ ਕੀ ਇਹ ਸ਼ੂਗਰ ਐਜ਼ ਇਟ ਇਜ਼ ਆਪਣਾ ਤਾਂ ਵੀ ਐਜ਼ ਇਟ ਇਜ਼ ਪਈ ਹੈ ਕਾਫੀ ਸ਼ੂਗਰ ਵਿੱਚ ਪਈ ਹੈ ਦੂਸ ਦੇਖੋ ਐਜ਼ ਇਸ ਪਾਸੇ ਚਮਚ ਚਾਰ ਜਿਸ ਟੰਬਲਰ ਸਪੂਨ ਹੈਗਾ ਆਲਮੋਸਟ 슈ਗਰ ਕੀ ਡਿਜ਼ੋਲਵ ਹੋ ਚੁੱਕੀ ਹੈ ਇਨ ਸੈਕਿੰਡ ਕੰਬਲਰ ਯੂ ਕੈਨ ਸੀ 슈ਗਰ ਤੁਹਾਨੂੰ ਦਿਖ ਰਹੀ ਹੈ ਇਹਦੇ ਵਿੱਚ ਕੀ ਲਗਭਗ ਡਿਜ਼ੋਲਵ ਹੋ ਚੁੱਕੀ ਹੈ ਹੁਣ ਇਹ ਕਿਉਂ ਹੁੰਦਾ ਹੈ ਬਿਕਾਜ਼ ਇਹਦੇ ਵਿੱਚ ਕੀ ਆਪਾਂ ਸਟਰਰ ਕਰਨ ਨਾਲ ਕੀ ਹੈ ਸੋਲੂਸ਼ਨ ਕੀ ਹੈ ਸੈਚੂਰੇਟਡ ਨਹੀਂ ਹੁੰਦਾ ਨੀਚੇ ਤਾਂ ਉਹ ਡਿਜ਼ੋਲਵ ਹੋ ਰਹੀ ਹੈ ਇਹਦੇ ਵਿੱਚ ਕੀ ਹੈ ਇਹ ਨੀਚਲੇ ਪਾਰਟ ਵਿੱਚ ਹੈ ਬਿਲਕੁਲ ਲੋਅਰ ਪਾਰਟ ਇਨ ਦਿਸ ਪਾਰਟ ਜਿਹੜਾ ਸੋਲੂਸ਼ਨ ਕੀ ਇਥੇ ਸੈਚੂਰੇਟ ਹੋ ਚੁੱਕਾਗਾ ਯਾਨੀ ਕਿ ਜਿਹੜਾ 슈ਗਰ ਡਿਸੋਲਵ ਹੋਈ ਸੀ ਉੱਥੇ ਕੀ ਇਹ ਗਾੜਾਪਨ ਆ ਚੁੱਕਾ ਜਿਸ ਕਰਕੇ ਹੋਰ 슈ਗਰ ਡਿਸੋਲਵ ਨਹੀਂ ਹੁੰਦੀ ਹੁਣ ਆਪਾਂ ਇਹਨੂੰ ਸਟੇਅਰ ਕਰਕੇ ਤੁਹਾਨੂੰ ਦਿਖਾਉਨੇ ਆਂਗੇ ਆ ਦੇਖੋ 슈ਗਰ ਪਾਰਟੀਕਲ ਡਿਸੋਲਵ ਹੋਣ ਤੋਂ ਉੱਪਰ ਜਾ ਰਹੇ ਐ ਇਹ ਦੇਖੋ ਇਸ ਲਈ ਤਾਂ ਹੀ ਕੀਆ ਇਹ ਸਟੇਅਰਿੰਗ ਕਰਨ ਨਾਲ ਕੀ ਜਲਦੀ ਡਿਸੋਲਵ ਹੋ ਜਾਂਦੀ ਹੈ ਥਿਸ ਮੀਨਸ ਕੀ ਹੈ ਮੋਰ ਦੈਨ ਇੰਟਰੈਕਸ਼ਨ ਫਾਸਟਲੀ ਅਚੇਂਜ ਜਿੰਨੀ ਇੰਟਰੈਕਸ਼ਨ ਵਧੂ ਹੋਣੀ ਚੇਂਜ ਕੀ ਹੈ ਜਲਦੀ ਹੋ ਜਾਏਗਾ ਧੰਨਵਾਦ